ਕੁਝ ਦਿਨ ਪਹਿਲਾਂ ਤਰਨ ਤਾਰਨ ਸ਼੍ਰੀ ਦਰਬਾਰ ਸਾਹਿਬ ਸਰਾਂ ਦੇ ਕੋਲ ਝੋਲਾ ਛਾਪ ਡਾਕਟਰ ਦੀ ਦੁਕਾਨ ਦੇ ਉੱਤੇ ਤਰਨ ਤਾਰਨ ਸਹਾਇਕ ਕਮਿਸ਼ਨਰ ਰਜਨੀਸ਼ ਅਰੋੜਾ ਦੇ ਪਾਸੋਂ ਰੇਡ ਕੀਤੀ ਗਈ ਸੀ। ਰੇਡ ਕਰਨ ਤੋਂ ਪਹਿਲਾਂ ਸਹਾਇਕ ਕਮਿਸ਼ਨਰ ਦੇ ਵੱਲੋਂ ਆਪਣੇ ਹੀ ਦਫ਼ਤਰ ਦੇ ਵਿੱਚ ਕੰਮ ਕਰਦੇ ਬੰਦੇ ਅਜੀਤਪਾਲ ਸਿੰਘ ਨੂੰ ਭੇਜਿਆ ਕਿ ਚੈੱਕ ਕੀਤਾ ਜਾਵੇ ਕਿ ਡਾਕਟਰ ਪ੍ਰੈਕਟਿਸ ਕਰ ਰਹੇ ਨੇ ਕਿ ਨਹੀਂ। ਜਦੋਂ ਉਸਨੇ ਜਾ ਕੇ ਚੈੱਕ ਕੀਤਾ ਤਾਂ ਡਾਕਟਰ ਮਰੀਜ਼ ਨੂੰ ਚੈੱਕ ਕਰ ਰਿਹਾ ਸੀ, ਤਾਂ ਅਜੀਤਪਾਲ ਸਿੰਘ ਨੇ ਆਪਣਾ BP ਚੈੱਕਅਪ ਕਰਵਾਇਆ ਅਤੇ ਝੋਲਾ ਛਾਪ ਡਾਕਟਰ ਨੇ ਉਹਨਾਂ ਦਾ BP ਚੈੱਕ ਕੀਤਾ। ਮੌਕੇ ਦੇ ਉੱਤੇ ਰੇਡ ਕੀਤਾ ਗਿਆ ਅਤੇ ਝੋਲਾ ਛਾਪ ਡਾਕਟਰ ਨਾਮ ਮਨਜਿੰਦਰ ਸਿੰਘ ਨੂੰ ਦਵਾਈਆਂ ਸਮੇਤ ਕਾਬੂ ਕੀਤਾ ਗਿਆ। ਇੱਥੇ ਇਹ ਵੀ ਦੱਸਣਾ ਜ਼ਰੂਰੀ ਬਣਦਾ ਹੈ ਕਿ ਝੋਲਾ ਛਾਪ ਡਾਕਟਰ ਨੇ ਮੀਡੀਆ ਦੇ ਉੱਤੇ ਬਲੇਮ ਲਗਾਏ ਸੀ ਕਿ ਇਹ ਰੇਡ ਇੱਕ ਨਿੱਜੀ ਚੈਨਲ ਵਾਲਿਆਂ ਨੇ ਰੇਡ ਕਰਵਾਈ ਹੈ ਅਤੇ ਉਹਨਾਂ ਨੂੰ ਬਖਸ਼ਿਆ ਨਹੀਂ ਜਾਵੇਗਾ। ਇੱਥੇ ਇਹ ਵੀ ਦੱਸਣਾ ਜ਼ਰੂਰੀ ਬਣਦਾ ਕਿ ਤਰਨ ਤਾਰਨ ਸਹਾਇਕ ਕਮਿਸ਼ਨਰ ਰਜਨੀਸ਼ ਅਰੋੜਾ ਨੇ ਸਾਫ਼ ਕੀਤਾ ਹੈ ਕਿ ਜੋ ਰੇਡ ਕੀਤੀ ਗਈ ਹੈ ਕਿਸੇ ਮੀਡੀਆ ਵਾਲੇ ਦੇ ਕਹਿਣ ਦੇ ਉੱਤੇ ਨਹੀਂ ਕੀਤੀ ਗਈ, ਬਲਕਿ ਇੰਦਰਜੀਤ ਕੌਰ ਮੁਹੱਲਾ ਨਾਨਕਸਰ ਦੀ ਰਹਿਣ ਵਾਲੀ ਉਸ ਦੇ ਪਾਸੋਂ ਕੀਤੀ ਗਈ ਹੈ ਅਤੇ ਕਾਰਵਾਈ ਵੀ ਹੋਵੇਗੀ। ਉਹਨਾਂ ਨੇ ਕਿਹਾ ਕਿ ਉਹਨਾਂ ਦੇ ਵੱਲੋਂ ਸਾਹਮਣੇ ਮੀਡੀਆ ਵਾਲਿਆਂ ਨੂੰ ਧਮਕੀਆਂ ਦਿੱਤੀਆਂ ਗਈਆਂ ਸੀ। ਰਜਨੀਸ਼ ਅਰੋੜਾ ਨੇ ਕਿਹਾ ਕਿ ਮੀਡੀਆ ਵਾਲਿਆਂ ਨੂੰ ਚਾਹੀਦਾ ਕਿ ਉਹ ਆਪਣੀ ਦਰਖਾਸਤ ਤਰਨ ਤਾਰਨ SSP ਅਤੇ ਡਿਪਟੀ ਕਮਿਸ਼ਨਰ ਨੂੰ ਦੇਵੇ ਅਤੇ ਜੋ ਕਾਰਵਾਈ ਬਣਦੀ ਹੈ ਉਹ ਵੀ ਅਮਲ ਦੇ ਵਿੱਚ ਲਿਆਂਦੀ ਜਾਵੇ। ਮੇਰਾ ਨਾਮ ਅਜੀਤਪਾਲ ਸਿੰਘ, ਮੈਂ PGO ਸਾਹਿਬ ਦੇ ਨਾਲ ਡਿਊਟੀ ਕਰ ਰਿਹਾ ਕਲਰਕ ਦੇ ਤੌਰ 'ਤੇ। ਮੈਂ ਚੈੱਕ ਮੈਨੂੰ ਸਾਹਿਬ ਦੇ ਕਹਿਣ 'ਤੇ ਮੈਂ ਚੈੱਕ ਕਰਾਉਣ ਗਿਆ ਸੀ ਅਤੇ ਮੈਂ ਆਪਣਾ BP ਚੈੱਕ ਕਰਾਇਆ ਅਤੇ ਮੈਨੂੰ ਉਹਨਾਂ ਨੇ BP ਚੈੱਕ ਕਰਨ ਤੋਂ ਬਾਅਦ ਕਿਹਾ ਵੀ ਤੁਹਾਡਾ BP ਜਿਹੜਾ ਬਹੁਤ ਹਾਈ ਆ, ਵੀ 180 ਦੇ ਕਰੀਬ ਦੱਸਿਆ ਅਤੇ ਮੈਨੂੰ ਕਹਿੰਦੇ ਵੀ ਤੁਹਾਨੂੰ ਤੁਰੰਤ ਜਿਹੜੇ ਆ ਉਹ ਜਿਹੜੇ ਦਿਲ ਦੇ ਡਾਕਟਰ ਸਪੈਸ਼ਲਿਸਟ ਆ ਉਹਨਾਂ ਕੋਲ ਐਡਮਿਟ ਹੋਣਾ ਪਏਗਾ। ਅਤੇ ਜਦਕਿ ਮੇਰਾ BP ਬਿਲਕੁਲ ਨੋਰਮਲ ਸੀ, ਮੈਂ ਚੈੱਕ ਹੀ ਪਹਿਲੀ ਵਾਰ ਕਰਾਇਆ ਸੀ, ਮੈਨੂੰ ਕੋਈ ਪ੍ਰੋਬਲਮ ਨਹੀਂ ਸੀ। ਬਸ ਇਹਨੇ ਉਸ ਤੋਂ ਬਾਅਦ ਚਲੋ ਟੀਮ ਵਿੱਚ ਸਾਰੀ ਪਹੁੰਚ ਗਈ, ਡਾਕਟਰ ਸਾਹਿਬ ਵੀ ਕਰ ਰਿਹਾ ਅਤੇ ਮੈਂ ਨਹੀਂ ਜੀ, ਮੈਂ ਜਿਸ ਸਾਹਿਬ ਦੇ ਕਹਿਣ 'ਤੇ ਚੈੱਕ ਕਰਵਾਇਆ ਅਤੇ ਬਾਅਦ ਵਿੱਚ ਸਾਹਿਬ ਨੇ ਪੁੱਛਿਆ ਵੀ ਤੁਸੀਂ ਕੀ ਕਹਿ ਮਤਲਬ ਕਿ ਚੈੱਕ ਕਰ ਸਕਦੇ ਜੀ, ਕਹਿੰਦੇ ਨਹੀਂ ਜੀ ਮੈਂ ਚੈੱਕ ਨਹੀਂ ਕਰ ਸਕਦਾ, ਕਹਿੰਦੇ ਜਸਟ ਮੈਂ BP ਚੈੱਕ ਕੀਤਾ। ਝੂਠ ਬੋਲਿਆ ਸਾਰੇ, ਮੇਰਾ BP ਬਿਲਕੁਲ ਨੋਰਮਲ ਸੀ, ਜਦਕਿ ਉਹਦੇ ਕਹਿੰਦੇ 180 ਦੇ ਬਹੁਤ ਹਾਈ ਹੁੰਦਾ BP। ਉਹਦੇ ਹੋਰ ਵੀ ਪੇਸ਼ੈਂਟ ਬੈਠੇ ਸੀ ਪਰ ਬਾਅਦ ਵਿੱਚ ਬਿਲਕੁਲ ਸਹੀ ਫੜੇ ਜਾਣੇ ਚਾਹੀਦੇ ਹਾਂ, ਬਿਲਕੁਲ ਫੜੇ ਜਾਣੇ ਚਾਹੀਦੇ, ਇਹਨਾਂ ਵਿਰੁੱਧ ਕਾਰਵਾਈ ਹੋਣੀ ਚਾਹੀਦੀ ਜਿਹੜੇ ਝੋਲਾ ਛਾਪ ਡਾਕਟਰ ਨੇ। ਮੈਨੂੰ ਇੱਕ ਕਾਜ਼ੀਕੋਟ ਤੋਂ ਲੜਕੀ ਆਈ ਸੀ ਇੰਦਰਜੀਤ ਕੌਰ, ਉਸਨੇ ਦੱਸਿਆ ਕਿ ਇਸ ਤਰ੍ਹਾਂ ਇੱਕ ਡਾਕਟਰ ਨੇ ਮਨਜਿੰਦਰਜੀਤ ਸਿੰਘ ਜਿਹੜਾ ਕਿ ਝੋਲਾ ਛਾਪ ਡਾਕਟਰ, ਜਿਹਦੇ ਕੋਈ MBBS ਜਾਂ ਕੋਈ ਰਜਿਸਟਰਡ ਮੈਡੀਕਲ ਪ੍ਰੈਕਟਿਸ ਜਾਂ RM3 ਡਿਗਰੀ ਨਹੀਂ ਹੈਗੀ, ਇਸ ਦੇ ਬਾਵਜੂਦ ਵੀ ਉਹ ਪ੍ਰੈਕਟਿਸ ਕਰਦਾ, ਉਸ ਦੇ ਦੱਸਣ ਨਾਲ ਇਹ ਜਿਹੜਾ ਮਲਟੀਪਲ ਹੈਲਥ ਵਰਕਰ ਹੈ। ਅਤੇ ਮੈਂ ਇਸ ਤੱਥਾਂ ਦੀ ਪੜਤਾਲ ਕੀਤੀ ਅਤੇ ਪਾਇਆ ਗਿਆ ਕਿ ਉਸਦੀ ਪਹਿਲਾਂ ਵੀ ਮਹੀਨਾ ਕੁ ਪਹਿਲਾਂ ਸ਼ਿਕਾਇਤ ਹੋਈ ਸੀ, ਜਿਸ 'ਤੇ CMO ਜੀ ਵੱਲੋਂ ਪੜਤਾਲ ਕੀਤੀ ਗਈ ਸੀ। ਅਤੇ ਇਸ ਜਿਹੜਾ ਸਖਸ਼ਮ ਮਨਜਿੰਦਰ ਸਿੰਘ, ਇਹਨੇ ਇੱਕ ਸਟੇਟਮੈਂਟ ਦਿੱਤੀ ਸੀ, ਐਫੀਡੇਵਿਟ ਵੀ ਦਿੱਤਾ ਸੀ ਵੀ ਮੈਂ ਅੱਜ ਤੋਂ ਬਾਅਦ ਇਹ ਪ੍ਰੈਕਟਿਸ ਨਹੀਂ ਕਰਾਂਗਾ, ਪਰ ਕਿਉਂਕਿ ਇੰਦਰਜੀਤ ਕੌਰ ਨੇ ਆ ਕੇ ਦੁਬਾਰਾ ਸ਼ਿਕਾਇਤ ਦਿੱਤੀ ਵੀ ਇਹਨੇ ਐਫੀਡੇਵਿਟ ਵੀ ਦਿੱਤਾ ਵੀ ਮੈਨੂੰ ਧਿਆਨ ਇਹ ਅੱਜ ਦੀ ਡੇਟ 'ਚ ਵੀ ਇਹ ਪ੍ਰੈਕਟਿਸ ਕਰ ਰਿਹਾ ਹੋਵੇ। ਮੈਂ ਆਪਣੇ ਦਫ਼ਤਰ ਇੱਕ ਕਲਰਕ ਅਜੀਤ ਕੌਰ ਨੂੰ ਨਾਲ ਲੈ ਗਿਆ ਸੀਗਾ, ਉੱਥੇ ਇਹਨੂੰ ਇਹ ਪੇਸ਼ੈਂਟ ਬਣਾ ਕੇ ਭੇਜਿਆ ਅਤੇ ਜਦੋਂ ਇਹ ਅੰਦਰ ਗਿਆ ਅਤੇ ਉਹਨੇ ਇਸ ਨੂੰ ਚੈੱਕ ਕਰਕੇ ਕਿਹਾ ਵੀ ਤੁਹਾਡਾ BP ਬਹੁਤ ਵੱਧ ਹੈ ਅਤੇ 180 ਤੁਸੀਂ ਇਮੀਡੀਏਟ ਜਿਹੜਾ ਨਾ ਕਿਸੇ ਹਾਰਟ ਸਰਜਨ ਕੋਲ ਜਾਓ। ਅਤੇ ਜਿਹੜੀ ਇਹ ਜਿਹੜੀ ਸਾਰੀ ਕਾਰਵਾਈ ਹੋਈ ਹੈ ਇਹ ਇੰਦਰਜੀਤ ਕੌਰ ਦੀ ਸ਼ਿਕਾਇਤ ਦੇ ਬੇਸ 'ਤੇ ਹੋਈ ਹੈ। ਸਰ ਉਹ ਇੱਕ ਉਹ ਦੱਸਿਆ ਜਾ ਰਿਹਾ, ਉਹਨੇ ਦੱਸਿਆ ਵਾ ਕਿ ਮੀਡੀਆ ਨੇ ਮੇਰੇ ਉੱਤੇ ਸਭ ਕੁਛ ਕਰਵਾਇਆ ਵਾ, ਮਿਲਾਵਟ ਪੱਤਰਕਾਰ ਨੇ, ਕਿਉਂਕਿ ਸਰ ਲੱਗਦਾ ਇਹਦੇ ਵਿੱਚ ਉਹਨਾਂ ਦਾ ਕੋਈ ਰੋਲ ਹੈ ਜੀ? ਨਹੀਂ, ਮੈਂ ਪਿਛਲੇ ਦਿਨੀ ਸਕੂਲਾਂ ਦੀ ਚੈਕਿੰਗ ਹੋਵੇ ਜਾਂ ਕਿਸੇ ਤਰ੍ਹਾਂ ਦੀ ਕੋਈ ਚੈਕਿੰਗ ਵੀ ਜਿਹੜੀ ਕੋਈ ਸ਼ਿਕਾਇਤ ਰੱਖਦੀ ਹੁੰਦੀ ਹੈ ਜਾਂ ਮਾਨਯੋਗ DC ਸਾਹਿਬ ਵੱਲੋਂ ਸਮੇਂ ਸਮੇਂ 'ਤੇ ਕੋਈ ਵੀ ਮੈਨੂੰ ਸ਼ਿਕਾਇਤ ਮਾਰ ਕੀਤੀ ਜਾਂਦੀ ਹੈ, ਜਿਹੜੀ ਵੀ ਪੜਤਾਲ ਕਰਨ ਜਾਂਦਾ ਵਾਂ ਜਿਹੜੀ ਮੌਕੇ 'ਤੇ, ਜਿਵੇਂ ਜਿਹੜੀ ਕਿ ਸੋਸ਼ਲ ਸੁਸਾਇਟੀ ਨਾਲ ਰਿਲੇਟਡ ਹੁੰਦੀ ਹੈ ਔਰ ਜਿਹੜੀ ਸੁਸਾਇਟੀ ਦੇ ਖਿਲਾਫ ਹੁੰਦੀ ਹੈ, ਮੈਂ ਮੋਸਟਲੀ ਮੀਡੀਆ ਨੂੰ ਨਾਲ ਲੈ ਕੇ ਜਾਂਦਾ ਵਾਂ ਤਾਂ ਕਿ ਇੱਕ ਵਾਰੀ ਵੀਡੀਓਗ੍ਰਾਫੀ ਬਣ ਸਕੇ ਅਤੇ ਜਿਹੜਾ ਵੀ ਕੋਈ ਗਲਤ ਕੰਮ ਕਰਦਾ ਸੁਸਾਇਟੀ 'ਚ ਉਹਦਾ ਜਿਹੜਾ ਚਿਹਰਾ ਹੋਵੇ ਸਮਾਜ ਦੇ ਸਾਹਮਣੇ ਆ ਸਕੇ। ਉਸੇ ਲੜੀ 'ਚ ਮੈਂ ਮੀਡੀਆ ਨੂੰ ਸਿਰਫ ਨਾਲ ਲੈ ਗਿਆ ਸੀ, ਸ਼ਿਕਾਇਤ ਸਿਰਫ ਇੰਦਰਜੀਤ ਕੌਰ ਵੱਲੋਂ ਸੀ।
ਤੇ ਸਰ ਉਹਨਾਂ ਨੇ ਮੀਡੀਆ 'ਤੇ ਵੀ ਇੱਕ ਬਲੇਮ ਲਾਇਆ, ਉਹਦੇ ਤੋਂ ਉਹਦੇ 'ਤੇ ਵੀ ਕਾਰਵਾਈ ਸਰ ਸਾਡੇ ਸੰਬੰਧੀ, ਉਹ ਜਿਸ ਕਿਸੇ 'ਤੇ ਬਲੇਮ ਲਾਇਆ ਵੀ ਉਹ ਆਪਣਾ ਲਿਖ ਕੇ SSP ਸਾਹਿਬ ਨੂੰ ਦੇ ਸਕਦੇ ਹਾਂ, ਜਿਵੇਂ ਮੈਨੂੰ ਉੱਥੇ ਮੌਕੇ 'ਤੇ ਉਹ ਕਹਿ ਰਿਹਾ ਸੀ ਗਲਤ ਸ਼ਬਦਾਵਲੀ ਯੂਜ਼ ਕਰ ਰਿਹਾ ਸੀ ਮੀਡੀਆ ਦੇ ਖਿਲਾਫ, ਜੇ ਕੋਈ ਇੱਦਾਂ ਦੀ ਸ਼ਬਦਾਵਲੀ ਗਲਤ ਯੂਜ਼ ਕਰਦਾ ਹੋਵੇ ਜਿਸ ਕਿਸੇ ਦੇ ਖਿਲਾਫ, ਜਿਸ ਕਿਸੇ ਨੂੰ ਇਸ ਕਿਤੇ ਇਤਰਾਜ਼ ਹੈ, ਉਹ ਆਪਣੀ ਸ਼ਿਕਾਇਤ ਲਿਖ ਕੇ ਮਾਨਯੋਗ ਡਿਪਟੀ ਕਮਿਸ਼ਨਰ ਜੀ ਨੂੰ ਜਾਂ ਮਾਨਯੋਗ SSP ਸਾਹਿਬ ਨੂੰ ਦੇ ਸਕਦਾ। ਹਾਂ, ਉਹਦੀ ਇੱਕ ਰਿਪੋਰਟ ਮੇਰੇ ਕੋਲ ਪਈ ਹੈ, ਡਾਕਟਰ 3 ਡਾਕਟਰ ਪੈਨਲ ਨੇ ਇਹ ਜਿਹੜੀਆਂ ਦਵਾਈਆਂ ਤੋਂ ਸੀਜ਼ ਕੀਤੀਆਂ ਉਹ ਰਿਪੋਰਟ ਬਣਾ ਕੇ ਸਾਈਨ ਕਰਕੇ ਦਿੱਤੀ ਹੈ, ਇਹ ਮੈਂ ਮਾਨਯੋਗ DC ਸਾਹਿਬ ਕੋਲ ਅਪਰੂਵ ਕਰਾ ਕੇ ਅਤੇ ਸਿਵਲ ਸਰਜਨ ਨੂੰ ਭੇਜਦੇ ਹਾਂ ਵੀ ਜੋ ਵੀ ਐਕਟ ਅਨੁਸਾਰ ਬੰਦੀ ਕਾਰਵਾਈ ਉੱਤੇ ਕੀਤੀ ਜਾਵੇ, ਇਹਨੂੰ ਇੱਕ ਦੋ ਤੋਂ ਅਪਰੂਵ ਕਰਾ ਕੇ ਅਤੇ ਸਿਵਲ ਸਰਜਨ ਭੇਜਾਂਗੇ, ਉਸ ਤੋਂ ਬਾਅਦ ਉਹ ਜੇ ਠੀਕ ਸੋ ਜਾਵੇ ਪੁਲਿਸ ਕਾਰਵਾਈ ਜੋ ਵੀ ਬੰਦੀ ਕਾਰਵਾਈ ਹੋਏਗੀ ਉੱਤੇ ਕੀਤੀ ਜਾਵੇ। ਤਰਨ ਤਾਰਨ ਤੋਂ ਵਿਜੇ ਅਰੋੜਾ ਦੀ ਰਿਪੋਰਟ।